एक गड्डी जी किन्ना टाइम लगता चेक करन दे अखां ना या स्कैन करके जां चेक कर दे टाइम तो लगता जी किन्ना टाइम तो लग जांदा जी किन्ना क मिनट टाइम लग जांदा जी 5-10 मिनट लग जांदे गड्डी 10 मिनट 5 मिनट जी वेख के बाकी फोटो खिंच के भेज देंदे गड्डी जी अच्छा जी जी भाई जी एक गड्डी नु जे तुसीं 10 मिनट कहंदे हो ते 1 घंटे च 6 गड्डियां होईयां अठूशी कड़ताली गड्डियां बनदियां तुसीं 92 देख रहे हो ਭਾਜੀ ਇੱਥੇ ਫਿਟਨੈਸ ਇੱਥੇ ਹੋਣ ਲੱਗ ਗਈ ਹੁਣ ਹਾਂਜੀ ਹਾਂਜੀ ਪਹਿਲਾਂ ਸਾਹਨੇ ਵਾਲ ਕੋ ਹੁੰਦੀ ਸੀ ਇੱਥੇ ਕਿਉਂ ਹੋਣ ਲੱਗ ਗਈ ਧੁੱਪ ਦੇ ਵਿੱਚ ਤੁਹਾਨੂੰ ਕੱਲ ਹੀ ਬਿਠਾਇਆ ਹੋਇਆ ਉੱਥੇ ਵੀ ਧੁੱਪ ਹੀ ਸੀ ਇੱਥੇ ਇਹ ਵੀ ਧੁੱਪ ਹੈ ਗੱਡੀ ਵਿੱਚ ਮੇਨਲੀ ਕਿਹੜੀ ਕਿਹੜੀ ਚੀਜ਼ਾਂ ਆਉਂਦੀਆਂ ਜਿੱਦਾਂ ਕਿ ਆਹ ਗੱਡੀ ਆਈ ਹੁਣ ਫਿਟਨੈਸ ਦੀ ਆਈ ਤੁਹਾਡੇ 'ਚੋਂ ਕਿਹੜੀ ਕਿਹੜੀ ਮੇਨ ਚੀਜ਼ ਹੁੰਦੀ ਦੇਖਣ ਵਾਲੀ ਮੇਨ ਇਹਨਾਂ ਦਾ ਬੋਡੀ ਵਰਕ ਦੇਖਣਾ ਹੁੰਦਾ ਇੰਜਨ ਦੇਖਣਾ ਹੁੰਦਾ ਜੀ ਠੀਕ ਹੈ ਜੀ 86 ਨੰਬਰ ਦੇਖਣਾ ਹੁੰਦਾ ਗੱਡੀ ਸਹੀ ਹੈ ਜੀ ਠੀਕ ਹੈ ਰੰਗ ਪੇਂਟ ਆ ਸਾਰਾ ਕੁਝ ਦੇਖ ਕੇ ਫਿਰ ਸਵੇਰੇ 10 ਵਜੇ ਆਏ ਹੋ ਪਰ 10 ਵਜੇ ਦੇ ਆ ਕੇ ਹੁਣ ਤੁਹਾਨੂੰ 3 ਵਜੇ ਕਹਿ ਰਹੇ ਆ ਵੀ ਇਹ ਨੰਬਰ ਪਲੇਟ ਨਹੀਂ ਹੈਗੀ ਇਹ ਵੀ ਗਲਤ ਗੱਲ ਨਹੀਂ ਪਹਿਲਾਂ ਇਹਨਾਂ ਨੂੰ ਚੈੱਕ ਕਰ ਨੰਬਰ ਪਲੇਟ ਵਾਲੀਆਂ ਗੱਡੀਆਂ ਰੱਖਣੀਆਂ ਚਾਹੀਦੀਆਂ ਬਾਈ ਜੀ ਕਿਤੇ ਨਾ ਤੁਹਾਡੀ ਗਲਤੀ ਨਹੀਂ ਹੈਗੀ ਤੁਹਾਨੂੰ ਪਹਿਲਾਂ ਸਵੇਰੇ ਆਪ ਇੱਕ ਵਾਰ 10 ਮਿੰਟ ਲਾਉਣੇ ਚਾਹੀਦੇ ਵੀ ਜਿਹੜੀਆਂ ਗੱਡੀਆਂ ਨੰਬਰ ਪਲੇਟਾਂ ਸਰਕਾਰੀ ਹੋਈ ਕਰਨ ਪ੍ਰਾਈਮ ਉਹਦੇ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਦੱਸੋ ਦੋਸਤੋ ਦੱਸ ਦਈਏ ਕਿ ਤੁਹਾਨੂੰ ਐਟਮ ਅਸੀਂ ਜਿੱਥੇ ਖੜ੍ਹੇ ਹਾਂ ਇੱਕ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਅਤੇ ਕਤਾਰਾਂ ਸਰਕਾਰੀ ਮਹਿਕਮਿਆਂ ਦੀਆਂ ਲੱਗੀਆਂ ਹੋਈਆਂ ਕਿਉਂਕਿ ਪੰਜਾਬ ਸਰਕਾਰ ਵੱਡੀਆਂ ਗੱਲਾਂ ਕਰਦੀ ਆ ਕਿ ਅਸੀਂ ਹਰੇਕ ਜੀ ਨੂੰ ਰਾਹਤ ਦੇਵਾਂਗੇ ਪਰ ਇੱਥੇ ਦੱਸ ਦਈਏ ਕਿ ਕਾਗਜ਼ ਪਏ ਹੋਏ ਨੇ ਇੱਧਰਲੇ ਪਾਸੇ ਰੋਡ ਦੇ ਉੱਤੇ ਕਾਗਜ਼ ਪਏ ਨੇ ਉਹ ਕਾਗਜ਼ ਪਏ ਸਟੰਪ ਪਏ ਆ ਅਤੇ ਸਟੰਪ ਕਿਹਦੀ ਆ ਇਹ ਫਿਟਨੈਸ ਅਥੋਰਟੀ ਦੀ ਆ ਜਿਹੜੀ ਗੱਡੀਆਂ ਦੀਆਂ ਜਿਹੜੀਆਂ ਗੱਡੀਆਂ ਨੂੰ ਜਿਹੜੀਆਂ ਵਧਾਈਆਂ ਜਾਂਦੀਆਂ ਨੇ ਆਰਸੀਆਂ ਵਧਾਈਆਂ ਜਾਂਦੀਆਂ ਨੇ ਡੇਟਾਂ ਵਧਾਈਆਂ ਜਾਂ ਫਿਰ ਫਿਟਨੈਸ ਆ ਉਹਨਾਂ ਦੀ ਸਟੰਪ ਆ ਸੋ ਆਹ ਤੁਹਾਨੂੰ ਦਿਖਾ ਰਹੀ ਹੈ ਸਟੰਪ ਵੀ ਇੱਥੇ ਲੱਗੀ ਹੋਈ ਆ ਦੇਖ ਸਕਦੇ ਹੋ ਮੋਟਰ ਵਹੀਕਲ ਇੰਸਪੈਕਸ਼ਨ ਲੁਧਿਆਣਾ ਅਤੇ ਜਿਹੜੇ ਅਫਸਰ ਖੜ੍ਹੇ ਨੇ ਬਾਈ ਜੀ ਇਹ ਜੂਨੀਅਰ ਸੀਨੀਅਰ ਜੂਨੀਅਰ ਮੈਂ ਡਾਟਾ ਐਂਟਰੀ ਆਪਰੇਟਰ ਡਾਟਾ ਇੰਸਪੈਕਟਰ ਭਾਅ ਜੀ ਇੱਥੇ ਫਿਟਨੈਸ ਇੱਥੇ ਹੋਣ ਲੱਗ ਗਈ ਹੁਣ ਹਾਂਜੀ ਹਾਂਜੀ ਪਹਿਲਾਂ ਸਾਹਨੇ ਵਾਲ ਕੋ ਹੁੰਦੀ ਸੀ ਇੱਥੇ ਕਿਉਂ ਹੋਣ ਲੱਗ ਗਈ ਧੁੱਪ ਦੇ ਵਿੱਚ ਤੁਹਾਨੂੰ ਕੱਲ ਹੀ ਬਿਠਾਇਆ ਹੋਇਆ ਉੱਥੇ ਵੀ ਧੁੱਪ ਹੀ ਸੀ ਇੱਥੇ ਇਹ ਵੀ ਧੁੱਪ ਹੈ ਇੱਦਾਂ ਕਿ ਆਫਿਸ ਕੋਈ ਤੁਹਾਨੂੰ ਮਿਲਿਆ ਕੋਈ ਇਹ ਕਿੱਦਾਂ ਆਇਆ ਵਾ ਗੱਲ ਪਰ ਕੀਤੀ ਆ ਪਰ ਮਿਲ ਜਾਣਾ ਅਤੇ ਬਈ ਇਹ ਜਾਣੀ ਇੰਨੀਆਂ ਇੱਥੇ ਜਿਹੜੀ ਸਾਰੀ ਗੱਡੀ ਦੇ ਜਿਹੜੀ ਆਰਸੀਆਂ ਦੀ ਵੈਲਿਊ ਵਧਣੀ ਹੁੰਦੀ ਆ ਦੂਜੀ ਡੇਟ ਵਧਣੀ ਹੁੰਦੀ ਜਾਂ ਫਿਟਨੈਸ ਹੁੰਦੀ ਉਹ ਇੱਥੇ ਹੁੰਦੀ ਹੈ ਇੱਧਰ ਹੀ ਹੁੰਦੀ ਅਤੇ ਇੰਸਪੈਕਟਰ ਸਾਹਿਬ ਕੌਣ ਨੇ ਅਰੁਣ ਜੀ ਇੱਥੇ ਇੰਸਪੈਕਟਰ ਸਰ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਸੋ ਇੱਥੇ ਦੱਸ ਦਈਏ ਸੋ ਦਿਖਾ ਰਹੀ ਹੈ ਤੁਹਾਨੂੰ ਇੱਥੇ ਜਿਹੜੀ ਕੀ ਆ ਗੱਡੀਆਂ ਦੀ ਫਿਟਨੈਸ ਚੈਕਿੰਗ ਹੋ ਰਹੀ ਆ ਅਤੇ ਦੇਖਦੇ ਹਾਂ ਉਹ ਕਿੱਦਾਂ ਹੁੰਦੀ ਹੈ ਕਿਉਂਕਿ ਅਸੀਂ ਵੀ ਪਹਿਲੀ ਵਾਰ ਦੇਖਾਂਗੇ ਗੱਡੀਆਂ ਦੀ ਫਿਟਨੈਸ ਚੈਕਿੰਗ ਕਿੱਦਾਂ ਹੁੰਦੀ ਆ ਕਿ ਜਾਂ ਫਿਰ ਜਿੱਦਾਂ ਫਿਲਮਾਂ ਵਿੱਚ ਦੇਖੀਦਾ ਕਿ ਲੈ ਦੇ ਕੇ ਸਿਰਫ ਜਾਂ ਫਿਟਨੈਸ ਹੋ ਜਾਂਦੀ ਆ ਜਾਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਗੱਡੀ ਵਿੱਚ ਦੇਖਣ ਵਾਲੀਆਂ ਕਿ ਗੱਡੀ ਦੇ ਵਿੱਚ ਜਿਹੜੀਆਂ ਫਿਟਨੈਸ ਚੈਕਿੰਗ ਵੇਲੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਦੇਖਦੇ ਹਾਂ ਕੀ ਕਹਿਣਾ ਇਹਨਾਂ ਦਾ ਅਰੁਣ ਜੀ ਦਾ ਸੋ ਅਰੁਣ ਜੀ ਇਹ ਧੁੱਪ ਵਿੱਚ ਖੜ੍ਹੇ ਹੋ ਸਰਕਾਰੀ ਔਫਿਸਰ ਹੋ ਇੱਥੇ ਫਿਟਨੈਸ ਚੈਕਿੰਗ ਹੋ ਰਹੀ ਆ ਪਹਿਲਾਂ ਸਾਹਮਣੇ ਵਾਲ ਹੁੰਦੀ ਸੀ ਜੀ ਜੀ ਹੁਣ ਇੱਥੇ ਗੱਲ ਹੀ ਹੋ ਰਹੀ ਜੀ ਇੱਥੇ ਲੋਕਾਂ ਨੂੰ ਉੱਥੇ ਸੀਗੇ ਤੰਗੀ ਹੁੰਦੀ ਸੀਗੀ ਕਾਫੀ ਜ਼ੋਰ ਪੈ ਜਾਂਦਾ ਸੀਗਾ ਜੀ ਪਰ ਇੱਥੇ ਲੁਧਿਆਣਾ ਵੀ ਦਾਣਾ ਮੰਡੀ ਦੇ ਵਿੱਚ ਵੀ ਕਾਫੀ ਸਪੇਸ ਖਾਲੀ ਆ ਕਿਤੇ ਨਾ ਕਿਤੇ ਤੁਹਾਨੂੰ ਵੀ ਤੁਸੀਂ ਵੀ ਸਰਕਾਰੀ ਅਫਸਰ ਧੁੱਪ ਤੋਂ ਬਚਾਅ ਹੋਣਾ ਚਾਹੀਦਾ ਸੀ ਅਤੇ ਧੁੱਪ ਵੀ ਜੇ ਕਹੀਏ ਤਾਂ ਕਾਫੀ ਗਰਮੀ ਆ ਅਤੇ ਪਰ ਲੋਕਾਂ ਦੀਆਂ ਵੀ ਕਾਫੀ ਦਿੱਕਤਾਂ ਆ ਕੀ ਕਹਿਣਾ ਚਾਹੂੰਗੇ ਇੱਕ ਦਿਨ 'ਚ ਸਰ ਕਿੰਨੀਆਂ ਗੱਡੀਆਂ ਕਰਦੇ ਹੋ ਫਿਟਨੈਸ ਚੈੱਕ 120 ਦੀ ਅਪਾਇੰਟਮੈਂਟ ਹੁੰਦੀ ਆ ਆਨਲਾਈਨ 120 ਦੀ ਅਪਾਇੰਟਮੈਂਟ ਆਨਲਾਈਨ ਸਰ ਗੱਡੀ ਵਿੱਚ ਮੇਨਲੀ ਕਿਹੜੀ ਕਿਹੜੀ ਚੀਜ਼ਾਂ ਆਉਂਦੀਆਂ ਜਿੱਦਾਂ ਕਿ ਆਹ ਗੱਡੀ ਆਈ ਹੁਣ ਫਿਟਨੈਸ ਦੀ ਆਈ ਤੁਹਾਡੇ 'ਚੋਂ ਕਿਹੜੀ ਕਿਹੜੀ ਮੇਨ ਚੀਜ਼ ਹੁੰਦੀ ਦੇਖਣ ਵਾਲੀ ਮੇਨ ਇਹਨਾਂ ਦਾ ਬੋਡੀ ਵਰਕ ਦੇਖਣਾ ਹੁੰਦਾ ਇੰਜਨ ਦੇਖਣਾ ਹੁੰਦਾ ਜੀ ਠੀਕ ਹੈ ਜੀ 86 ਨੰਬਰ ਦੇਖਣਾ ਹੁੰਦਾ ਗੱਡੀ ਸਹੀ ਹੈ ਜੀ ਠੀਕ ਹੈ ਰੰਗ ਪੇਂਟ ਆ ਸਾਰਾ ਕੁਝ ਦੇਖ ਕੇ ਫਿਰ ਜੀ ਅਤੇ ਇਹਦੇ ਵਿੱਚ ਜਿਹੜੀਆਂ ਹੋਰ ਕਈ ਚੀਜ਼ਾਂ ਹੁੰਦੀਆਂ ਜਿੱਦਾਂ ਇੰਡੀਕੇਟਰ ਲਾਈਟਾਂ ਹਰੇਕ ਚੀਜ਼ ਫਿਟਨੈਸ ਸਭ ਦੇਖਣਾ ਹੁੰਦਾ ਸਭ ਤੋਂ ਪਰ ਇੱਕ ਦਿਨ 'ਚ 120 ਗੱਡੀਆਂ ਚੈੱਕ ਕਰਨੀਆਂ ਹੁੰਦੀਆਂ ਤੁਸੀਂ ਉਹਨੀ ਅਪੁਆਇੰਟਮੈਂਟ ਹੁੰਦੀ ਹੈ 120 ਦੀ ਅਤੇ ਕਿੰਨੇ ਕੁ ਚੈੱਕ ਹੋ ਜਾਂਦੇ ਆ ਹੋ ਜਾਂਦੀ ਆ ਜੀ 90 ਕੁ ਲਾਗੇ ਸਾਗੇ ਗੱਡੀਆਂ ਆ ਕੇ ਚੱਲ ਜਾਂਦੀਆਂ ਨੇ ਟਾਈਮ ਵੀ ਲੱਗਦਾ ਜਿੰਨਾ ਟਾਈਮ ਪੀਰੀਅਡ ਕੀ ਹੁੰਦਾ ਟਾਈਮ ਸਾਢੇ 7 ਤੋਂ ਸ਼ੁਰੂ ਹੋ ਜਾਂਦੀ 7:30 ਤੋਂ ਲੈ ਕੇ 2:30 ਤੱਕ 2:30 ਤੱਕ ਤਕਰੀਬਨ 7:30 ਤੋਂ ਲਾ ਲਓ ਤੁਸੀਂ 7, 8, 9, 10, 11, 12, 1, 2 8 ਘੰਟੇ ਤੁਹਾਡੀ ਆ ਕਿ 8 ਘੰਟੇ 'ਚ 92 ਪਾਸਿੰਗਾਂ ਵਾਜਿਬ ਆ 130 ਦਾ ਅਪਾਇੰਟਮੈਂਟ ਸੀਗੇ ਨੇ ਅਤੇ 92 80 90 ਵਾਜਿਬ ਹੋ ਜਾਂਦੀਆਂ
ਨਹੀਂ ਬਾਕੀ ਦੇਖ ਕੇ ਚੈੱਕ ਕਰਕੇ ਆਪਾਂ ਕੱਢ ਦਿੰਦੇ ਹਾਂ ਕਿ ਗੱਡੀਆਂ ਜਿਹੜੀਆਂ ਓਬਜੈਕਸ਼ਨ ਲੱਗਦੇ ਆ ਮਤਲਬ ਕਿ 92 ਗੱਡੀਆਂ ਆਪਾਂ ਜਿਹੜੀਆਂ ਦੇਖ ਲੈਂਦੇ ਹਾਂ 92 ਗੱਡੀਆਂ ਇੱਕ ਦਿਨ 'ਚ ਫਿਟਨੈਸ ਕੀ ਔਫੀਸਰ ਦੇ ਸਕਦਾ ਵੈਸੇ ਮਾਇਨੇ 'ਚ ਕਿਉਂਕਿ ਇੱਕ ਗੱਡੀ ਦੇ ਉੱਤੇ ਘੱਟੋ ਘੱਟ ਕਿੰਨੇ ਮਿੰਟ ਲੱਗਦੇ ਹੋਣਗੇ ਇਹ ਹੁਣ ਉਹਨਾਂ ਨੇ ਦਿੱਤਾ ਹੋਇਆ ਕਿ 120 ਸਲੋਟ ਖੋਲ੍ਹੇ ਆ ਸਲੋਟ ਜੇ ਉਹ ਤਾਂ ਸਲੋਟ 120 ਖੋਲ੍ਹ ਦੇਣਗੇ ਪਰ ਤੁਹਾਡੇ ਕੋਲ ਤੁਹਾਡੇ ਹਿਸਾਬ ਨਾਲ ਕਿੰਨੀਆਂ ਕੁ ਹੋਣੀਆਂ ਚਾਹੀਦੀਆਂ ਇੱਕ 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 ਅਫਸਰ ਇੱਕ ਗੱਡੀ 'ਚ ਕਿੰਨਾ ਕੁ ਟਾਈਮ ਲੱਗਦਾ ਚੈੱਕ ਕਰਨ 'ਚ ਅੱਖਾਂ ਨਾਲ ਜਾਂ ਸਕੈਨ ਕਰਕੇ ਜਾਂ ਚੈੱਕ ਕਰਨ 'ਚ ਟਾਈਮ ਤਾਂ ਲੱਗਦਾ ਜੀ ਕਿੰਨਾ ਟਾਈਮ ਤਾਂ ਲੱਗ ਜਾਂਦਾ ਜੀ ਕਿੰਨਾ ਕੁ ਮਿੰਟ ਟਾਈਮ ਲੱਗ ਜਾਂਦਾ ਜੀ 5-10 ਮਿੰਟ ਤਾਂ ਲੱਗ ਜਾਂਦੇ ਗੱਡੀ 10 ਮਿੰਟ 5-5 ਮਿੰਟ ਜੀ ਵੇਖ ਕੇ ਬਾਕੀ ਫੋਟੋਆਂ ਖੜ ਕੇ ਭੇਜ ਦਈਦੇ ਗੱਡੀਆਂ ਜੀ ਅੱਛਾ ਜੀ ਜੀ ਬਾਈ ਜੀ ਇੱਕ ਇੱਕ ਗੱਡੀ ਨੂੰ ਜੇ ਤੁਸੀਂ 10 ਮਿੰਟ ਕਹਿੰਦੇ ਹੋ ਤਾਂ 1 ਘੰਟੇ 'ਚ 6 ਗੱਡੀਆਂ ਹੋਈਆਂ 8-48 ਗੱਡੀਆਂ ਬਣਦੀਆਂ ਤੁਸੀਂ 92 ਦੇਖਦੇ ਗੱਡੀਆਂ ਆਨਲਾਈਨ ਆਪਾਂ ਜਿਹੜੀ ਅਪੁਆਇੰਟਮੈਂਟ ਆਈ ਹੁੰਦੀ ਉਹਨੂੰ ਕੱਢ ਕੇ ਵੇਚਣਾ ਹੁੰਦਾ ਨਾਲ ਨਾਲ ਪਰ ਲੱਗਦਾ ਨਹੀਂ ਕਿਤੇ ਨਾ ਕਿਤੇ ਕੁਤਾਹੀ ਵਰਤਦੇ ਆ ਜਲਦਬਾਜ਼ੀ ਦੇ ਵਿੱਚ ਕੋਈ ਨਾ ਗੱਡੀਆਂ ਜਿਹੜੀਆਂ ਨਹੀਂ ਵੀ ਫਿਟਨੈਸ ਸਹੀ ਹੋਣਗੇ ਉਹ ਵੀ ਕਿਤੇ ਉੱਤੋਂ ਆਇਆ ਹੋਇਆ ਕਿ 120 ਗੱਡੀ ਅਪੁਆਇੰਟਮੈਂਟ ਲੈ ਕੇ ਆਇਆ ਜੇ ਆਪਾਂ ਇਹਨਾਂ ਨੂੰ ਵਾਪਸ ਭੇਜ ਦਿੰਦੇ ਹਾਂ ਤਾਂ ਵੀ ਦਿੱਕਤ ਆਉਂਦੀ ਹੈ ਕਿ ਭਾਜੀ ਪਰ ਕਿਸੇ ਦੀ ਜਾਨ ਨਾਲ ਖਿਲਵਾੜ ਹੋ ਜਾਏ ਕੋਈ ਗੱਡੀ ਦੇ ਵਿੱਚ ਫਿਟਨੈਸ ਨਾ ਸਹੀ ਹੋਵੇ ਫਿਟਨੈਸ ਤਾਂ ਦੇਖ ਕੇ ਦੇਈ ਜੀ ਜਿੱਦਾਂ ਪਰ 10 ਮਿੰਟ ਵਾਲਾ ਇੱਕ ਜਿਹੜਾ ਇਹ 8 ਘੰਟਿਆਂ ਦੇ ਵਿੱਚ 1248 50 ਗੱਡੀਆਂ ਚੈੱਕਿੰਗ ਦਾ ਵਾਜਬ ਆ ਤੁਸੀਂ ਵਿੱਚ ਰੋਟੀ ਵੀ ਖਾਂਦੇ ਪਏ ਸੀ ਅੱਧਾ 10 ਮਿੰਟ 20 ਮਿੰਟ ਲੱਗਣਗੇ ਮੈਂ ਕਹਿੰਦਾ ਜੀ 48-50 ਗੱਡੀਆਂ ਠੀਕ ਆ ਪਰ 100-100 ਗੱਡੀਆਂ ਚੈੱਕ ਹੋ ਜਾਣਗੀਆਂ ਹੋ ਜਾਂਦੀਆਂ ਵੈਸੇ ਇੱਕ ਪੜ੍ਹੇ ਲਿਖੇ ਬਹੁਤ ਪੜ੍ਹ ਲਿਖ ਕੇ ਨੌਕਰੀ ਮਿਲੀ ਹੋਊਗੀ ਜੀ ਜੀ ਸਲੋਟ ਹੀ ਇੰਨੇ ਹੈਗੇ ਆ ਤਾਂ ਕੀ ਕਰ ਸਕਦੇ ਜੀ ਬਹੁਤ ਲੋਡ ਜ਼ਿਆਦਾ ਹੈਗਾ ਅਤੇ ਵਰਕਲੋਡ ਜ਼ਿਆਦਾ ਤਾਂ ਲੋਕਾਂ ਦੀ ਜ਼ਿੰਦਗੀ ਵੀ ਤਾਂ ਇੰਪੋਰਟੈਂਟ ਆ ਨਾ ਜੀ ਇੱਦਾਂ ਗਲਤ ਕੰਮ ਜੇ ਕਰਕੇ ਚਲ ਜਾਈਦਾ ਜੀ 2 ਵਜੇ ਤੱਕ ਜਿੰਨਾ ਆਪਾਂ ਜਿੰਨਾ ਕੁ ਆਪਾਂ ਕਰ ਸਕਦੇ ਆਪਾਂ ਗੱਡ ਕੇ ਚਲ ਜਾਈਏ ਤਾਂ ਬਾਕੀ ਇਹਨਾਂ ਨੂੰ ਦੁਬਾਰਾ ਕਹੀਦਾ ਕਿ ਦੁਬਾਰਾ ਅਗਲੇ ਦਿਨ ਆ ਜਾਓ ਇੰਜੈਕਸ਼ਨ ਲਗਾ ਕੇ ਆਪਾਂ ਫਿਰ ਅਗਲੇ ਦਿਨ ਮੈਂ ਕਹਿੰਦਾ 120 ਦੇ ਸਲੋਟ ਵਿੱਚੋਂ ਬਾਕੀ ਤੁਸੀਂ ਵਾਪਸ ਕਰਤੀਆਂ 90 ਗੱਡੀਆਂ ਤੁਸੀਂ ਮੰਨਦੇ ਇੱਕ ਦਿਨ 'ਚ ਕੱਢਦੇ ਕਰਦੇ ਹਾਂ ਜੀ ਜੀ ਪਰ 90 ਗੱਡੀ ਕਈ ਵਾਰੀ ਕੱਟ ਵੀ ਆਉਂਦੀਆਂ ਨੇ ਅਪੁਆਇੰਟਮੈਂਟ ਤੇ ਡਿਪੈਂਡ ਕਰਦਾ ਲੰਬੀ ਕਤਾਰ ਲੱਗੀ ਹੋਈ ਹੈ ਡੇਲੀ ਲੋਕ ਆਉਂਦੇ ਜਾਂਦੇ ਚਲੋ ਫਿਟਨੈਸ ਥੋੜ੍ਹਾ ਦੇਖਦੇ ਹਾਂ ਚਲੋ ਤੁਸੀਂ ਵੀ ਕੰਮ ਕਰੋ ਅਸੀਂ ਵੀ ਦੇਖਦੇ ਹਾਂ ਸੋ ਦੇਖਦੇ ਹਾਂ ਗੱਡੀ ਦੀ ਤੁਸੀਂ ਦੇਖ ਸਕਦੇ ਹੋ ਹਾਲਤ ਕਿ ਇਹਦੇ ਵਿੱਚ ਫਿਟਨੈਸ ਦੇ ਵਿੱਚ ਨੰਬਰ ਪਲੇਟ ਜਿਹੜੀ ਕੀ ਆ ਉਹ ਸਰਕਾਰੀ ਨਹੀਂ ਹੈਗੀ ਇਹਦੇ ਪਾਸ ਹੋਏਗੀ ਫੇਲ ਹੋਏਗੀ ਜੀ ਹੈ ਇਹਨੂੰ ਖੜਾਇਆ ਕੱਲ੍ਹ ਜੀ ਇੰਨੀ ਦੇਰ ਦਾ ਇਹ ਆਪੇ ਲਾਈਨ 'ਚ ਖੜਾ ਵਾ ਇਹ ਲਾਈਨ 'ਚ ਆਪੇ ਖੜਾ ਵਾ ਕਾਗਜ਼ ਲੈ ਕੇ ਤੁਹਾਡੇ ਕੋਲ ਹੁਣ ਆਏ ਨਾ ਕਾਗਜ਼ ਲੈ ਕੇ ਉਦੋਂ ਨਹੀਂ ਆਏ ਹੁਣ ਆਏ ਨੇ ਆਏ ਨਾ ਹੁਣ ਜਿੱਦਾਂ ਕਾਗਜ਼ ਲੈ ਕੇ ਆਏ ਨੇ ਆਇਆ ਆਈਏ ਇਹਨਾਂ ਦਾ ਹੋ ਗਿਆ ਸੀਗਾ ਇਹਨਾਂ ਦੀ ਬਾਤ ਤੁਹਾਡੀ ਗੱਡੀ ਪਾਸ ਹੋ ਗਈ ਜੀ ਹੁਣ ਕਾਗਜ਼ ਦੇਖਾਂਗੇ ਜੀ ਦੇਖਣਗੇ ਚਲੋ ਦੇਖਦੇ ਹਾਂ ਇੱਥੇ ਬਹੁਤ ਸਾਰੀਆਂ ਗੱਡੀਆਂ ਭਾਈ ਕਿੰਨੀ ਦੇਰ ਦੇ ਖੜੇ ਹੋ ਖੜ ਨੂੰ ਕੀ ਆਈ ਲਾਈਨ 'ਚ ਲੱਗੇ ਹੁਣ ਟਾਈਮ ਤਾਂ ਦੱਸ ਦਿੱਤਾ 10 ਵਜੇ ਆਏ ਅੱਜ ਤਾਂ ਸਵੇਰੇ 10 ਵਜੇ ਆਏ ਹੋ ਪਰ 10 ਵਜੇ ਆ ਗਏ ਹੁਣ ਤੁਹਾਨੂੰ 3 ਵਜੇ ਕਹਿ ਰਹੇ ਆ ਵੀ ਇਹ ਨੰਬਰ ਪਲੇਟ ਨਹੀਂ ਹੈਗੀ ਇਹ ਵੀ ਗਲਤ ਗੱਲ ਨਹੀਂ ਪਹਿਲਾਂ ਇਹਨਾਂ ਨੂੰ ਚੈੱਕ ਕਰ ਨੰਬਰ ਪਲੇਟ ਵਾਲੀਆਂ ਗੱਡੀਆਂ ਰੱਖਣੀਆਂ ਚਾਹੀਦੀਆਂ ਬਾਈ ਜੀ ਕਿਤੇ ਨਾ ਤੁਹਾਡੀ ਗਲਤੀ ਨਹੀਂ ਹੈਗੀ ਤੁਹਾਨੂੰ ਪਹਿਲਾਂ ਸਵੇਰੇ ਆਪ ਇੱਕ ਵਾਰ 10 ਮਿੰਟ ਲਾਉਣੇ ਚਾਹੀਦੇ ਵੀ ਜਿਹੜੀਆਂ ਗੱਡੀਆਂ ਨੰਬਰ ਪਲੇਟਾਂ ਸਰਕਾਰੀ ਉਹੀ ਕੱਢਣ ਅਸੀਂ ਇਹਦਾ ਚੱਕਰ ਲਾਉਣ ਜਾਂਦੇ ਹਾਂ ਨੰਬਰ ਨੋਟ ਕਰਦੇ ਹਾਂ ਠੀਕ ਹੈ ਇਹਦੇ ਵਿੱਚ ਨੰਬਰ ਨੋਟ ਕਰ ਪਲੇਟਾਂ ਨੰਬਰ ਨੋਟ ਕਰਨ ਦਾ ਨੰਬਰ ਸਰਕਾਰੀ ਨੰਬਰ ਪਲੇਟ ਨਹੀਂ ਸੀ ਇਹ ਉਦੋਂ ਨੰਬਰ ਨਹੀਂ ਆਇਆ ਸੀ ਇਹ ਉਦੋਂ ਗੱਡੀ ਲੇਟ ਆਈ ਸੀ ਅਸੀਂ ਸਾਡੇ ਉਹ ਕਹਿੰਦੇ ਮੈਂ 10 ਵਜੇ ਖੜੇ 7:30 ਅਸੀਂ ਆਏ ਸੀ 7:30 ਤੋਂ ਆਪਾਂ ਜਿਹੜੀ ਐਂਟਰੀ ਆ ਪਈ ਸੀ ਜਿੱਦਾਂ ਅੱਧਾ ਪੌਣਾ ਘੰਟਾ ਲਾ ਕੇ ਹੁਣ ਇਹਦੀ ਇੱਕ ਦਿਹਾੜੀ ਗਈ ਹੈ ਮੈਂ ਕਿੱਥੋਂ ਦੀ ਖਾਊਂਗਾ ਰੋਟੀ ਜਨਾਬ ਇਹਨਾਂ ਨੂੰ ਆਪ ਆ ਕੇ ਆਉਣਾ ਚਾਹੀਦਾ ਨਾ ਨੰਬਰ ਪਲੇਟ ਲਵਾ ਕੇ ਆਉਣੀ ਚਾਹੀਦੀ ਸੀ ਦਿਹਾੜੀ ਗਈ ਸੀ ਹਾਂ ਇਹ ਦਿਹਾੜੀ ਤਾਂ ਹੁਣ ਗਈ ਗਈ ਆ ਹੁਣ ਇਹਨਾਂ ਮਰੇ ਫਿਰ ਨਹੀਂ ਬੋਲ ਸਕਦੇ ਡਰਦੇ ਮਾਰੇ ਕੱਲ੍ਹ ਆ ਕੇ ਫਿਰ ਬਾਹਰ ਕੱਢਣਗੇ ਨੰਬਰ ਹੁਣ ਤਾਂ ਜਾਣਾ ਤਾਂ ਪੈਣਾ ਹੀ ਹੈ ਜੀ ਇਹ ਪਹਿਲਾਂ ਵੀ ਗੱਡੀ ਕਿ ਪਹਿਲਾਂ ਕਦੋਂ ਪਾਸ ਕਰਾਈ ਸੀ ਪਹਿਲਾਂ ਤਾਂ ਇਹ ਪਹਿਲਾਂ ਸਾਲ ਬਾਅਦ ਪਾਸ ਕਰਦੇ ਹੈ ਹਾਂ ਜੀ ਸਾਲ ਬਾਅਦ ਪਹਿਲਾਂ ਸਾਲ ਤੋਂ ਨੰਬਰ ਪਲੇਟ ਨਹੀਂ ਹੈਗੀ ਪਾਸ ਹੋਈ ਨਹੀਂ ਪਹਿਲਾਂ ਤਾਂ ਲੱਗੀ ਹੋਈ ਸੀ ਜਿਹਦੇ ਨੰਬਰ ਪਲੇਟ ਨੰਬਰ ਪਲੇਟ ਦੇਖ ਕੇ ਇਹਦੀ ਸੋ ਇੱਥੇ ਨੰਬਰ ਪਲੇਟ ਨਹੀਂ ਹੈਗੀ ਤਾਂ ਹੁਣ ਵਾਪਸ ਭੇਜ ਦੇਣਾ ਇੱਕ ਬੰਦਾ ਸਵੇਰ ਦਾ 10 ਵਜੇ ਦਾ ਆਇਆ ਉਹਦੇ ਨਾਲ ਕੀ ਇਹਨਾਂ ਨੇ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਉਹਨਾਂ ਨਾਲ ਪ੍ਰੋਬਲਮ ਬਾਈ ਸਾਰੇ ਨੰਬਰ ਲਵਾਉਣਾ ਹੈ ਉੱਥੇ ਤੁਹਾਡੇ ਲਈ ਆਏ ਹਾਂ ਅਸੀਂ ਸਾਨੂੰ ਕੋਈ ਬਾਹਰੋਂ ਨਹੀਂ ਹੈਗਾ ਤੁਹਾਡਾ ਨੰਬਰ ਲਵਾਉਣਾ ਸੀ ਉੱਥੇ ਕਿੰਨੇ ਵਜੇ ਤੇ ਖੜੇ ਹੋ ਇਹ ਤਾਂ ਹੁਣ ਕੱਢੀ ਜਾਂਦੇ ਨਾਲ ਦੀਆਂ ਲਾਇਸੈਂਸ ਵਾਲੇ ਕੱਢੀ ਜਾਂਦੇ ਨੇ ਜੀ ਆਪਣੇ ਹਿਸਾਬ ਨਾਲ ਕੰਮ ਵਧੀਆ ਕਰ ਰਹੇ ਮੈਂ ਇਹ ਨਹੀਂ ਕਹਿ ਰਿਹਾ ਵਧੀਆ ਗੱਡੀ ਕਰ ਕਿੰਨੇ ਵਜੇ ਆਏ ਯਾਰ ਅਸੀਂ ਆਏ ਤਾਂ ਹੋਏ ਮੈਂ 1 ਵਜੇ ਆਏ ਆ ਯਾਰ ਮੇਰੀ ਉਹ ਗੱਡੀ ਖੜੀ ਆ ਜ਼ਿਆਦਾ ਟਾਈਮ ਨਹੀਂ ਹੋਇਆ ਅੱਛਾ ਜੀ 1 ਵਜੇ ਆਏ ਆ 9 ਤੋਂ 5 ਵਜੇ ਤੱਕ ਦਾ ਟਾਈਮ ਆ ਇਹਨਾਂ ਦਾ ਠੀਕ ਆ ਜੀ ਉੱਧਰ ਜਗ੍ਹਾ ਘੱਟ ਸੀ ਇੱਧਰ ਜਗ੍ਹਾ ਖੁੱਲੀ ਆ ਨਹੀਂ ਬਿਲਕੁਲ ਅਸੀਂ ਚਾਹੁੰਦੇ ਆ ਵੀ ਤੁਹਾਨੂੰ ਸਹੂਲਤਾਂ ਮਿਲਣ ਅਸੀਂ ਚਾਹੁੰਦੇ ਆ ਤੁਹਾਡਾ ਕੰਮ ਜਲਦੀ ਹੋਵੇ ਅਸੀਂ ਚਾਹੁੰਦੇ ਆ ਸਰਕਾਰ ਜਿਹੜੀਆਂ ਥੋੜੀਆਂ ਦਿੱਤੀਆਂ ਕਰਨ ਪਰ ਇਹਨਾਂ ਦੀ ਜਿਹੜੀਆਂ ਅਣਗਹਿਲੀਆਂ ਸਾਹਮਣੇ ਆਉਂਦੀਆਂ ਤੰਗ ਪਰੇਸ਼ਾਨ ਜਿਹਾ ਕਰਦੇ ਹੋ ਬੰਦਾ ਸਵੇਰ ਦਾ ਖੜਾ ਸੀ ਤੰਗ ਪਰੇਸ਼ਾਨੀ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਜੀ ਹੁਣ ਆਪਣੇ ਕੰਮ ਵਾਸਤੇ ਆਏ ਹੋਏ ਆ ਜੀ ਅਸੀਂ ਵੀ ਹੁਣ ਇੰਨਾ ਕੁ ਟਾਈਮ ਤਾਂ ਲੱਗਦਾ ਹੀ ਅਗਲਿਆਂ ਨੇ ਸਾਰੀ ਇਨਸਪੈਕਸ਼ਨ ਵੀ ਕਰਨੀ ਆ ਗੱਡੀ ਦੀ ਹੁਣ ਗੱਡੀ ਦੀ ਇਨਸਪੈਕਸ਼ਨ ਨੂੰ ਅੰਦਾਜ਼ਾ ਕਿੰਨਾ ਕੁ ਮਿੰਟ ਲਾਉਂਦੇ ਗੱਡੀ ਦੀ ਇਨਸਪੈਕਸ਼ਨ ਹੀ ਹੁਣ ਸਾਰੀ ਹੁਣ ਅੰਦਾਜ਼ਾ ਅਜੇ ਤੱਕ ਤਾਂ ਸਾਡਾ ਨੰਬਰ ਆਇਆ ਨਹੀਂ ਹੈਗਾ ਪਿਛਲੇ ਸਾਲ ਕਰਾਈ ਹੋਊਗੀ
ਗੱਡੀ ਦੇ ਵਿੱਚ ਚੈਕਿੰਗ ਕਿਉਂ ਕਰਵਾਈ ਜਾਂਦੀ ਹਰ ਸਾਲ ਸਰਕਾਰ ਵੱਲੋਂ ਵੀ ਕਿਹੜੇ ਕਾਰਨ ਹੁੰਦੇ ਆ? ਅਤੇ ਇਹੀ ਟਾਇਰ ਟੱਪਾ ਠੀਕ ਹੋਵੇ, ਕਾਗਜ਼ ਔਖੇ ਹੋ, ਹਾਂਜੀ ਗੱਡੀ ਦੀ ਹਾਲਤ ਚੰਗੀ ਹੋਵੇ ਜੀ। ਹਾਂਜੀ ਇਹ ਸਰਕਾਰ ਨੂੰ ਕਿਉਂ ਕਰਵਾਉਣਾ ਪੈਂਦਾ ਕਿ ਤਾਂ ਕੋਈ ਹਾਦਸਾ ਨਾ ਹੋ ਜਾਵੇ? ਹਾਂਜੀ ਹਾਂਜੀ ਪਰ ਜੀ 15 ਮਿੰਟ ਇੱਕ ਕਹਿ ਰਹੇ ਹੋ ਤੁਸੀਂ, 15 ਮਿੰਟ ਲਾ ਦੇ ਗੱਡੀ ਨੂੰ, 15 ਮਿੰਟ ਵੀ ਲਾ ਜਾਂਦੇ ਜੇ 8 ਘੰਟੇ ਡਿਊਟੀ ਦੇ ਰਹੇ ਆ ਇਹ, 8 ਘੰਟੇ ਜੇ 1 ਘੰਟੇ ਜੇ 10 ਮਿੰਟ ਵੀ ਲਾਈਏ ਜੇ 6 ਗੱਡੀਆਂ ਹੋਈਆਂ 8 × 48 ਉਹਨਾਂ ਦੇ 8 ਘੰਟੇ ਜੇ 48 ਗੱਡੀਆਂ 50 ਗੱਡੀਆਂ ਹੋਣੀਆਂ ਚਾਹੀਦੀਆਂ, ਪਰ ਇਹ 90 120 ਕਹਿੰਦੇ ਆ, 92 ਗੱਡੀਆਂ ਬਾਤ ਕਰ ਰਹੇ, ਕੀ ਚੈੱਕ ਕੀਤਾ ਹੋਊਗਾ ਇਹਨੇ? ਹੋ ਜਾਂਦੇ ਜੀ, ਸਾਰਾ ਕੁਝ ਚੈੱਕ ਕਰਦੇ। ਨਹੀਂ ਕੀ ਚੈੱਕ ਕਰਦਾ? ਸਾਰਾ ਕੁਝ ਚੈੱਕ ਕਰਦੇ। ਮੈਂ ਕਹਿੰਦਾ ਤੁਹਾਡੀ ਜਵਾਨ ਦੀ ਗੱਲ ਤੁਹਾਡੇ ਸੋ ਸਾਰੇ ਕੁਝ ਚੈੱਕ ਕਰਦੇ ਨੇ, ਤੋਂ ਦਿਖਾ ਰਹੀਆਂ ਲੰਬੀਆਂ ਕਤਾਰਾਂ ਨੇ ਗੱਡੀ ਦੀਆਂ, ਅੱਗੇ ਜਾ ਕੇ ਵੀ ਤੁਹਾਨੂੰ ਦਿਖਾਉਂਦੇ ਹਾਂ, ਹੋਰ ਵੀ ਇੱਥੇ ਕਾਫੀ ਲੋਕ ਜਿਹੜੇ ਕਿ ਆਏ ਹੋਏ ਨੇ ਲੰਬੀ ਕਤਾਰ ਦੇ ਵਿੱਚ। ਦੂਰ ਤੱਕ ਜ਼ੂਮ ਕਰਕੇ ਦਿਖਾਉਣਾ ਚਾਹੂੰਗਾ, ਸਕੂਲ ਦੀਆਂ ਬੱਸਾਂ ਵੀ ਆਈਆਂ ਹੋਈਆਂ ਨੇ, ਜਿਨ੍ਹਾਂ ਦਾ ਪਿੱਛੇ ਮੁੱਦਾ ਸੀਗਾ ਕਿ ਜੀ ਜੀ ਸਾਨੂੰ ਵੀ ਜਿਹੜਾ ਕਿ ਇੱਥੇ ਤੁਹਾਨੂੰ ਖਰੀ ਲੰਬੀ ਕਤਾਰ ਹੈ, ਪਿੱਛੇ ਸਕੂਲ ਬੱਸਾਂ ਦਾ ਮੁੱਦਾ ਸੀਗਾ ਕਿ ਇਹਨਾਂ ਨੂੰ ਜਿਹੜਾ ਕੋਈ ਫਿਟਨੈਸ ਵੇਲੇ ਕਾਫੀ ਪਰੇਸ਼ਾਨ ਕੀਤਾ ਜਾਂਦਾ ਆ, ਪਰੇਸ਼ਾਨ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਦਿਹਾੜੀਆਂ ਵੀ ਟੁੱਟਦੀਆਂ, ਫਿਰ ਉਹਨਾਂ ਨੂੰ ਜੁਰਮਾਨੇ ਵੀ ਪੈਂਦੇ ਆ। ਸੋ ਅਫਸਰ ਇੱਥੇ ਸਾਰਾ ਸਾਰਾ ਦਿਨ ਗੱਡੀਆਂ ਖੜਾ ਕੇ, ਉਹ ਗੱਡੀ ਹੁਣ ਅੱਗੇ ਲਿਜਾ ਕੇ ਲਵਾਤੀ ਆ, ਸਾਡੇ ਜਾਣ ਤੋਂ ਬਾਅਦ ਉਹੀ ਗੱਡੀ ਸ਼ਾਇਦ ਪਾਸ ਹੋ ਜਾਣੀ ਹੈ, ਪਰ ਕੈਮਰਾ ਜਦੋਂ ਚੱਲਦਾ ਆ ਅਤੇ ਬਾਅਦ ਦੇ ਵਿੱਚ ਇਹ ਜਿਹੜੇ ਕਿ ਆਪਣੇ ਆਪ ਨੂੰ ਸਹੀ ਸਾਬਤ ਕਰ ਦਿੰਦੇ ਆ। ਸੋ ਭਾਅ ਜੀ ਕਹਿੰਦੇ ਵੀ ਇਹ ਅਰੁਣ ਜੀ ਕਹਿੰਦੇ ਵੀ ਜਦੋਂ ਗੱਡੀ ਪਾਸ ਕਰਾਉਣ ਆਉਂਦੇ ਕਈ ਜਾਣੇ, ਕਹਿੰਦੇ ਬੱਸਾਂ ਵਾਲਿਆਂ ਦਾ ਪਿੱਛੇ ਮੁੱਦਾ ਸੀ ਸਕੂਲ ਬੱਸਾਂ ਵਾਲਿਆਂ ਦਾ, ਵੀ ਜਦੋਂ ਅਪੁਆਇੰਟਮੈਂਟ ਲੈਂਦੇ ਆ ਜੇ ਕਈ ਕਈ ਦਿਨ ਗੱਡੀ ਦੀ ਨਾ ਪਾਸ ਹੋਵੇ ਉਹਨਾਂ ਨੂੰ ਪਰ ਡੇ ਜੁਰਮਾਨਾ ਪੈਂਦੇ ਰਹਿੰਦੇ? ਨਹੀਂ ਨਹੀਂ ਹੁਣ ਗੱਡੀਆਂ ਅਪੁਆਇੰਟਮੈਂਟ ਮਿਲਦੀਆਂ ਤਾਂ ਡੇਲੀ ਮਿਲਦੀ ਹੈ ਜੀ ਜੀ। ਸੋ ਚੈਕਿੰਗ ਕਰ ਰਹੇ ਨੇ ਅਰੁਣ ਜੀ, ਉਹਨਾਂ ਦੇ ਕੰਮ ਵਿੱਚ ਵਿਘਨ ਨਹੀਂ ਪਾਵਾਂਗੇ, ਪਰ ਦੇਖਦੇ ਹਾਂ ਕੀ ਚੀਜ਼ਾਂ ਜਿਹੜੀਆਂ ਮੇਨ ਹੁੰਦੀਆਂ ਉਹ ਚੈੱਕ ਕਰਦੇ ਆ ਕਿ ਨਹੀਂ ਕਿੱਦਾਂ। ਪਰ ਕੈਮਰੇ ਦੇ ਆਉਂਦੇ ਹੀ ਜਿਹੜਾ ਚੈਕਿੰਗ ਸ਼ੁਰੂ ਹੋ ਗਈ ਹੈ, ਪਰ ਅਸੀਂ ਇਹੀ ਕਹਾਂਗੇ ਕਿ ਜਿਹੜਾ ਵਰਕਲੋਡ ਆ ਜਿਹੜਾ ਇੰਨਾ ਪਾਇਆ ਜਾਂਦਾ ਇਹਨਾਂ ਦੇ ਉੱਤੇ, ਉਹਨਾਂ ਚੰਗਾ ਇੱਥੇ ਜਿਹੜਾ ਕੀ ਆ ਔਫੀਸਰ ਜਿਹੜੇ ਵਧਾਏ ਜਾਣ, ਤਾਂ ਕਿ ਜਿਹੜੇ ਲੋਕ ਧੁੱਪੇ ਖੜ੍ਹੇ ਆ ਉਹ ਔਫੀਸਰਾਂ ਉਹਨਾਂ ਨੂੰ ਰਾਹਤ ਮਿਲੇ, ਕਿਉਂਕਿ ਇੱਕ ਔਫੀਸਰ ਉੱਤੇ ਵੀ ਜੇ ਬੋਝ ਪੈਂਦਾ ਆ ਤਾਂ ਉਹ ਵੀ ਗਲਤ ਕੰਮ ਕਰੇਗਾ ਹੀ ਕਰੇਗਾ, ਕਿਉਂਕਿ ਨਾ ਚਾਹੁੰਦੇ ਵੀ ਉੱਤੇ ਗਲਤ ਕੰਮ ਕਰਾਇਆ ਜਾ ਰਿਹਾ। ਤੁਸੀਂ ਦੇਖ ਸਕਦੇ ਹੋ 10-15 ਮਿੰਟ ਇੱਕ ਗੱਡੀ ਨੂੰ ਲੱਗਦੇ ਆ, ਪਰ ਇੱਥੇ 8 ਘੰਟੇ ਜੇ ਜਿਹੜੀ ਆ 100-100 ਗੱਡੀ ਨੂੰ ਬਾਹਰ ਕੀਤਾ ਜਾਂਦਾ ਆ, ਇੱਕ ਬੰਦੇ ਉੱਤੇ ਜੇ ਬੋਝ ਆ ਤਾਂ ਉਹ ਕੁਛ ਨਾ ਕੁਛ ਗਲਤ ਕਰੇਗਾ ਹੀ। ਸੋ ਦੇਖਦੇ ਹਾਂ ਹੁਣ ਇਸ ਇਹਨਾਂ ਨੂੰ ਅਫਸਰ ਮਿਲਦੇ ਆ ਕਿ ਜਾਂ ਫਿਰ ਇੱਦਾਂ ਹੀ ਸਰਕਾਰ ਖੁਦ ਗਲਤ ਕੰਮ ਨੂੰ ਪਹਿਲ ਦਿੰਦੀ ਆ। ਨਵੀਂ ਅਪਡੇਟ ਜੁੜੇ ਰਹੋ ਸਾਡੇ ਨਾਲ, ਦੇਖਦੇ ਰਹੋ ਪ੍ਰਾਈਮ ਦੇ ਨਿਊਜ਼ ਚੈਨਲ। ਕੈਮਰਾਮੈਨ ਰੋਹਿਤ ਦੇ ਨਾਲ ਮਨੋਜ ਹੀਰਾ।